ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲਖੀ ਅਨਪਲੱਗ ਦੀ ਅੱਜ ਦੀਸ ਰਿਪੋਰਟ ਵਿੱਚ ਗੱਲ ਕਰਾਂਗਾ 1984 ਦੇ ਸਿੱਖ ਕਤਲੇਆਮ ਬਾਰੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਹੁੰਦੀ ਹੈ ਆਪਾਂ ਪਿਛਲੀ ਰਿਪੋਰਟ ਵਿੱਚ ਉਸ ਦਾ ਜ਼ਿਕਰ ਕੀਤਾ ਉਸ ਤੋਂ ਕੁਝ ਘੰਟੇ ਬਾਅਦ ਜਿਹੜੇ ਮੌਬ ਹੁੰਦੇ ਨੇ ਯਾਨੀ ਕਿ ਲੋਕਾਂ ਦੇ ਝੁੰਡ ਜਿਨ੍ਹਾਂ ਨੇ ਕੀ ਆਉਣ ਵਾਲੇ ਕੁਝ ਦਿਨਾਂ ਤੱਕ ਦਿੱਲੀ ਦੇ ਵਿੱਚ ਖੁਲੇਆਮ ਕਤਲਗਾਰਤ ਕਰਨੀ ਹੁੰਦੀ ਹੈ ਉਹ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਹੁੰਦੇ ਨੇ ਆਉਣ ਵਾਲੇ 4 ਦਿਨਾਂ ਯਾਨੀ ਕਿ 31 ਅਕਤੂਬਰ ਤੋਂ 3 ਨਵੰਬਰ 1984 ਤੱਕ ਦਿੱਲੀ ਦੇ ਵਿੱਚ ਖੁਲਿਆਮ ਇਕਤਲੇਆਮ ਹੁੰਦਾ ਹੈ ਪੁਲਿਸ ਦੀ ਮਦਦ ਨਾਲ ਹੁੰਦਾ ਹੈ ਪੁਲਿਸ ਦੀ ਅੱਖਾਂ ਦੇ ਸਾਹਮਣੇ ਹੁੰਦਾ ਹੈ ਚਾਹੰਦੇ ਹੋਇਆ ਕੁਝ ਪੁਲਿਸ ਅਫਸਰ ਨਹੀਂ ਬਹੁਤ ਚੀਜ਼ਾਂ ਕਰ ਪਾਉਂਦੇ ਤੇ ਬਹੁਤ ਸੇ ਪੁਲਿਸ ਅਫਸਰ ਇਸ ਪੂਰੇ ਕਤਲੇਆਮ ਦੇ ਵਿੱਚ ਇੱਕ ਪਾਰਟੀ ਬੰਨਦੇ ਨੇ ਯਾਨੀ ਕਿ ਨਾਲ ਰਲ ਕੇ ਇਕਤਲੇਆਮ ਕਰਵਾਉਂਦੇ ਨੇ ਫੌਜ ਜਿਹੜੀ ਹੈ ਦਿੱਲੀ ਦੇ ਕੈਂਟ ਦੀ ਜਾਂ ਦਿੱਲੀ ਏਰੀਆ ਦੀ ਕਮਾਂਡ ਦੀ ਉਹ ਤਿਆਰ ਬਰਤਿਆਰ ਰਹਿੰਦੀ ਹੈ ਤੇ ਦੋ ਦਿਨ ਤੱਕ ਉਹ ਸਰਕਾਰੀ ਆਰਡਰਾਂ ਦੇ ਹੁਕਮਾਂ ਦੀ ਇੰਤਜ਼ਾਰ ਕਰਦੀ ਹੈ ਗ੍ਰਹਿ ਮੰਤਰੀ ਉਸ ਵਕਤ ਵੀ ਨਰਸਿਮਹਰਾ ਹੁੰਦੇ ਨੇ ਆਸ ਤੇ ਉਡੀਕ ਇਸੇ ਗੱਲ ਦੀ ਹੁੰਦੀ ਹੈ ਵੀ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਵੱਲੋਂ ਐਸਾ ਨਿਰਦੇਸ਼ ਆਏਗਾ ਤੇ ਫੌਜ ਜੋ ਕਿ ਤਿਆਰ ਹੁੰਦੀ ਹੈ ਇਸ ਤਰੀਕੇ ਦੇ ਸਿਗਨਲ ਪੇਜ ਤੇ ਗਏ ਹੁੰਦੇ ਨੇ ਤੇ ਕਈ ਹੋਰ ਬ੍ਰਿਗੇਡਸ ਦੇ ਨਾਲ ਗੱਲਬਾਤ ਹੋ ਚੁੱਕੀ ਹੁੰਦੀ ਹੈ ਲੇਕਿਨ ਇਸ ਦੇ ਬਾਅਦ ਵੀ ਤਕਰੀਬਨ 1.5 ਦਿਨ ਦਾ ਸਮਾਂ ਜਾਂ ਡਿਲੇ ਹੁੰਦਾ ਹੈ ਫੌਜ ਦੀ ਤਨਾਤੀ ਦੇ ਵਿੱਚ ਤੇ 3 ਨਵੰਬਰ ਦੇਰ ਰਾਤ ਤੋਂ ਬਾਅਦ ਜਾ ਕੇ ਫੌਜ ਦਿੱਲੀ ਦੇ ਵਿੱਚ ਕੰਟਰੋਲ ਹਾਸਲ ਕਰਦੀ ਹੈ ਉਸ ਤੋਂ ਆਣ ਵਾਲੇ ਦੇ ਦੋ ਦਿਨਾਂ ਦੇ ਵਿੱਚ ਵੀ ਜਿਹੜੀ ਕਤਲਗਾਰਥ ਹੈ ਉਹ ਦਿੱਲੀ ਦੇ ਵਿੱਚ ਜਾਰੀ ਰਹਿੰਦੀ ਹੈ ਬਹੁਤ ਵੱਡੇ ਵੱਡੇ ਸਵਾਲ ਖੜਾ ਕਰ ਗਿਆ ਇਹ ਇੱਕ ਹਫਤਾ ਤੇ ਭਾਰਤ ਦੇ ਮੂੰਹ ਤੇ ਇੱਕ ਅਜਿਹੀ ਕਾਲਖ ਪੋਤ ਗਿਆ ਕਿ ਆਉਣ ਵਾਲੇ ਕਈ ਦਹਾਕਿਆਂ ਤੱਕ ਵੀ ਲੱਥ ਨਹੀਂ ਨਹੀਂ ਸੀ ਅੱਜ ਤੱਕ ਲੱਥ ਨਹੀਂ ਪਈ ਹੈ ਇਸ ਦਾ ਹੋਰ ਵੱਡਾ ਕਾਰਨ ਹੈ ਕਿ 1984 ਤੋਂ ਬਾਅਦ ਗੁਜਰਾਤ ਦੇ ਵਿੱਚ ਵੀ ਦੰਗੇ ਹੁੰਦੇ ਨੇ ਤੇ 1984 ਤੋਂ ਬਾਅਦ ਅੱਜ 37 ਸਾਲ ਬੀਤਨ ਮਗਰੋਂ ਵੀ ਇਸ ਕਿਨਾਕੈਸਾਂ ਦੇ ਵਿੱਚ ਨਾ ਕਰਲੀਆਮ ਦੇ ਮਾਮਲਿਆਂ ਦੇ ਵਿੱਚ ਇਨਸਾਫ ਨਹੀਂ ਹੋ ਪਾਇਆ ਹੈ ਲਹਦੇ ਕੇ ਕੁਝ ਮੁਠੀ ਪਰ ਆਗੂ ਜਿਹੜੇ ਹੈਗੇ ਨੇ ਉਹਨਾਂ ਨੂੰ ਹੀ ਸਲਾਖਾਂ ਦੇ ਪਿੱਛੇ ਜਾਂ ਅਦਾਲਤਾਂ ਦੇ ਵਿੱਚ سزا ਦੁਵਾਈ ਜਾ ਸਕੀ ਲੇਕਿਨ ਜ਼ਿਆਦਾਤਰ ਲੋਕ ਜਿਹੜੇ ਸਨ ਉਹ ਬਚ ਨਿਕਲੇ ਪੁਲਿਸ ਵਾਲਿਆਂ ਤੇ ਜਿਨ੍ਹਾਂ ਨੇ ਕਿ ਸ਼ਰੀਆਮ ਇਹ ਮੌਤ ਦਾ ਨੰਗਾ ਨਾਚ ਆਪਣੀ ਅੱਖਾਂ ਦੇ ਸਾਹਮਣੇ ਹੁੰਦਿਆਂ ਹੋਇਆਂ ਵੇਖਿਆ ਉਸ ਦੇ ਵਿੱਚ ਖੁਦ ਵੀ ਹਿੱਸਾ ਪਾਇਆ ਜਾਂ ਫਿਰ ਮੂੰਹ ਫੇਰ ਲਿਆ ਅੱਖਾਂ ਬੰਦ ਕਰ ਲਈਆਂ ਅੱਖਾਂ ਮੀਟ ਲਈਆਂ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਵੀ ਕੋਈ ਕਾਰਵਾਈ ਨਹੀਂ ਹੋਈ ਦੁਨੀਆ ਦੀ ਸਭ ਤੋਂ ਮੰਦ ਭਾਗੀ ਨਸਲ ਕੁਸ਼ੀਆਂ ਦੀ ਹੋਈ ਘਟਨਾਵਾਂ ਦੇ ਵਿੱਚੋਂ ਇਸ ਨੂੰ ਜੇ ਇੱਕ ਕਿਹਾ ਜਾਏ ਤਾਂ ਉਸ ਦੇ ਵਿੱਚ ਕੋਈ ਵੀ ਅਤਕਥਨੀ ਨਹੀਂ ਹੋਏਗੀ ਲੇਕਿਨ ਅੱਜ ਦੇ ਰਿਪੋਰਟ ਦੇ ਵਿੱਚ ਮੈਂ ਜ਼ਿਕਰ ਕਰਾਂਗਾ ਕਿ ਇਹ ਪੂਰੀਆਂ ਘਟਨਾਵਾਂ ਹੋਈਆਂ ਕਿਵੇਂ ਵਾਪਰੀਆਂ ਕਿਵੇਂ ਰਦਰ ਇੱਕ ਰਿਪੋਰਟ ਦੇ ਵਿੱਚ ਇਸ ਪੂਰੇ ਦੇ ਪੂਰੇ ਕਤਲੇਆਮ ਨੂੰ ਤੇ ਉਸ ਦੇ ਇੱਕ ਬਹੁਤ ਹੀ ਲੰਬੇ ਚੌੜੇ سلسلے ਨੂੰ ਜੋ ਕਿ ਮਹਿਜ਼ ਤਿੰਨ ਜਾਂ ਚਾਰ ਦਿਨਾਂ ਦੇ ਜਾਂ ਪੰਜ ਦਿਨਾਂ ਦੇ ਵਿੱਚ ਸਭ ਕੁਝ ਹੋ ਕੇ ਮੁੱਕ ਗਿਆ ਲੇਕਿਨ ਇਕ ਬਹੁਤ ਹੀ ਵੱਡੇ ਪੈਮਾਨੇ ਉੱਤੇ ਇੱਕ ਬਹੁਤ ਹੀ ਵੱਡੇ ਵਿਆਪਕ ਪੱਧਰ ਉੱਤੇ ਇਹ ਨਸਲਕੁਸ਼ੀ ਹੋਈ ਇੱਕ ਕਤਲੇਆਮ ਹੋਇਆ ਸੋ ਉਸ ਨੂੰ ਇੱਕ ਰਿਪੋਰਟ ਦੇ ਦਾਇਰੇ ਵਿੱਚ ਕਵਰ ਕਰਨਾ ਸੰਭਵ ਵੀ ਨਹੀਂ ਹੈ ਤੇ ਮੇਰੀ ਕੋਸ਼ਿਸ਼ ਇਹ ਵੀ ਰਹੇਗੀ ਕਿ ਇਸ ਰਿਪੋਰਟ ਰਾਹੀਂ ਮੈਂ ਤੁਹਾਨੂੰ ਕੋਈ ਜ਼ਿਆਦਾ ਐਕਾਡੈਮਿਕਸ ਜਾਂ ਅੰਕੜਿਆਂ ਦੀ ਜਿਹੜੀ ਗੱਲਬਾਤ ਹੈ ਉਹ ਨਾ ਕਰਾਂ ਕਿਉਂਕਿ ਅਸੀਂ ਸਾਰੇ ਬੀਤੇ ਤਕਰੀਬਨ 3 1/2 ਦਹਾਕਿਆਂ ਤੋਂ ਅਦਾਲਤੀ ਕੇਸਾਂ ਤੋਂ ਲੈ ਕੇ ਇਹਨਾਂ ਮਾਮਲਿਆਂ ਦੇ ਨਾਲ ਜੁੜੇ ਵੱਖ-ਵੱਖ ਅੰਕੜਿਆਂ ਦੀਆਂ ਗੱਲਾਂ ਬਾਤਾਂ ਸੁਣਦੇ ਆ ਰਹੇ ਹਾਂ ਸੋ ਕੋਸ਼ਿਸ਼ ਹੋਏਗੀ ਆਪਣੀਆਂ ਦੋ ਜਾਂ ਤਿੰਨ ਅਲੱਗ-alag ਰਿਪੋਰਟਸ ਜੋ ਕਿ ਮੈਂ ਉਨੇ 88 ਸਿੱਖ ਕਤਲੇਆਮ ਦੇ ਉੱਤੇ ਲੈ ਕੇ ਆ ਰਿਹਾ ਹਾਂ ਇਸ ਰਿਪੋਰਟ ਦੇ ਨਾਲ ਉਹਨਾਂ ਦੇ ਵਿੱਚ ਮੈਂ ਕੁਝ ਵੱਖਰੇ ਐਸਪੈਕਟਸ ਜੋ ਕਿ ਅਜੇ ਤੱਕ ਚਰਚਾ ਵਿੱਚ ਨਹੀਂ ਆਏ ਉਹਨਾਂ ਨੂੰ ਛੂਣ ਦੀ ਕੋਸ਼ਿਸ਼ ਕਰ ਸਕਾਂ ਸੋ ਇਸੇ ਲੜੀ ਦੇ ਤਹਿਤ ਇਹ ਪਹਿਲੀ ਰਿਪੋਰਟ ਹੈ ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਮੇਰੀ ਕੋਸ਼ਿਸ਼ ਹੋਏਗੀ ਕਿ ਦਿੱਲੀ ਦੇ ਇਸ ਸਿੱਖ ਕਤਲੇਆਮ ਨੂੰ ਆਪਾਂ ਪੁਲਿਸ ਡਿਸਟ੍ਰਿਕਟ ਦੇ ਵਿੱਚ ਜਿਹੜੀ ਦਿੱਲੀ ਨੂੰ ਤਕਸੀਮ ਕੀਤਾ ਗਿਆ ਇੱਕ ਸ਼ਹਿਰ ਦੇ ਰੂਪ ਵਿੱਚ ਆਪਾਂ ਉਸ ਨੂੰ ਅਲੱਗ-ਅਲੱਗ ਪੁਲਿਸ ਥਾਣੇ ਆदि ਰੋਸ਼ਨੀ ਦੇ ਵਿੱਚ ਵੰਡ ਕੇ ਅਲੱਗ-ਅਲੱਗ ਜ਼ੋਨ ਦੇ ਵਿੱਚ ਦੇਖਾਂਗੇ ਤੇ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਕਿਹੜੇ ਆਗੂਆਂ ਨੇ ਕਾਂਗਰਸ ਦੇ ਕਿਹੜੇ ਲੀਡਰਾਂ ਨੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਇਸ ਕਤਲੇਆਮ ਨੂੰ ਕਰਵਾਉਣ ਦੇ ਵਿੱਚ ਆਪਣੀ ਭੂਮਿਕਾ ਅਦਾ ਕੀਤੀ ਫਿਰ ਬੇਸ਼ੱਕ ਕਈਆਂ ਨੂੰ ਸਜ਼ਾ ਹੋ ਪਈ ਤੇ ਕਈਆਂ ਨੂੰ ਸਜ਼ਾਵਾ ਨਹੀਂ ਹੋ ਪਾਈਆਂ ਕਈਆਂ ਦੇ ਕੇਸ ਅਜੇ ਤੱਕ ਐਫ ਆਈ ਆਰ ਦੀ ਸ਼ਕਲ ਵੀ ਨਹੀਂ ਲੈ ਪਾਏ ਨੇ ਜਿਵੇਂ ਕਿ ਜਗਦੀਸ਼ ਟਾਇਟਲਰ ਦਿੱਲੀ ਉਸ ਵਕਤੇ 10 ਦਮਾ ਤੁਹਾਨੂੰ ਵੀ ਤਕਰੀਬਨ 6 ਅਜੇ ਹੀ ਪੁਲਿਸ ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਵੰਡੀ ਹੋਈ ਹੈ ਜਿਸ ਦੇ ਵਿੱਚ ਕੀ ਨਿਊ ਦਿੱਲੀ ਡਿਸਟ੍ਰਿਕਟ ਅਲੱਗ ਹੈ ਇਸ ਤੋਂ ਇਲਾਵਾ ਇੱਕ ਸੈਂਟਰਲ ਡਿਸਟ੍ਰਿਕਟ ਹੈ ਨਾਰਥ ਸਾਊਥ ਈਸਟ ਤੇ ਵੈਸਟ ਸੋ ਉੱਤਰ ਦੱਖਣ ਪੂਰਬ ਪੱਛਮ ਇਸ ਤੋਂ ਇਲਾਵਾ ਕੇਂਦਰੀ ਅਤੇ ਨਵੀਂ ਦਿੱਲੀ ਡਿਸਟ੍ਰਿਕਟ ਪੁਲਿਸ ਜ਼ਿਲ੍ਹਿਆਂ ਦੇ ਵਿੱਚ ਇਸ ਨੂੰ ਇਸ ਤਰੀਕੇ ਨਾਲ ਵੰਡਿਆ ਜਾਂਦਾ ਹੈ ਤੇ ਇੱਕ ਜਿਹੜਾ ਐਡੀਸ਼ਨਲ ਕਮਿਸ਼ਨਰ ਆਫ ਪੁਲਿਸ ਹੁੰਦਾ ਹੈ ਉਹ ਇੱਕ ਪੁਲਿਸ ਡਿਸਟ੍ਰਿਕਟ ਨੂੰ ਲੀਡ ਕਰਦਾ ਹੈ ਅੱਜ ਦੀ ਰਿਪੋਰਟ ਵਿੱਚ ਮੈਂ ਗੱਲ ਕਰਾਂਗਾ ਸੈਂਟਰਲ ਡਿਸਟ੍ਰਿਕਟ ਯਾਨੀ ਕਿ ਕੇਂਦਰੀ ਡਿਸਟ੍ਰਿਕਟ ਦੀ ਮੈਂ ਬਾਰ ਬਾਰ ਤੁਹਾਨੂੰ ਦੱਸ ਰਿਹਾ ਵੀ ਦਿੱਲੀ ਨੂੰ ਅਲੱਗ-ਅਲੱਗ ਪੁਲਿਸ ਜ਼ਿਲ੍ਹਿਆਂ ਦੇ ਵਿੱਚ ਵੰਡ ਕੇ ਆਪਾਂ ਇਸ ਪੂਰੇ ਦੇ ਪੂਰੇ ਕਤਲਿਆਣ ਦੇ ਸਿਲਸਿਲੇ ਨੂੰ ਸਟੱਡੀ ਕਰਨ ਦੀ ਕੋਸ਼ਿਸ਼ ਕਰਾਂਗੇ ਆ ਜਿਹੜੀਆਂ ਜ਼ਿਆਦਾ ਮੌਤਾਂ ਹੋਈਆਂ ਨੇ ਜਿਹੜੀ ਜ਼ਿਆਦਾ ਕਤਲਗਾਰਥ ਹੋਈ ਹੈ ਪਹਿਲਾਂ ਇੱਕ ਛੋਟਾ ਜਾਂ ਅੰਕੜਾ ਤੁਹਾਡੇ ਸਾਹਮਣੇ ਲੈ ਕੇ ਥੋੜੀ ਨਜ਼ਰ ਕਰਦੀ ਕਿਉਂਕਿ ਉਹਦੇ ਵਿੱਚ ਮੁਢਲੇ ਤੌਰ ਤੇ ਜਿਹੜੀ ਨਾਨਾ ਮੱਟੀ ਕਮਿਸ਼ਨ ਦੀ ਜਿਹੜੀ ਰਿਪੋਰਟ ਫਾਈਨਲੀ ਆਈ ਸੀ 2005 ਦੇ ਵਿੱਚ ਇਹ ਦੱਸਦੀ ਹੈ ਵੀ ਜਸਟਿਸ ਰੰਗਨਾਥ ਮਿਸ਼ਰਾ ਕਮਿਸ਼ਨ ਪਹਿਲਾ ਕਮਿਸ਼ਨ ਬੈਠਿਆ ਸੀ 1985 ਦੇ ਵਿੱਚ ਉਸਨੇ 1986 ਦੇ ਵਿੱਚ ਆਪਣੀ ਰਿਪੋਰਟ ਦਿੱਤੀ ਸੀ ਉਸ ਤੋਂ ਲੈ ਕੇ ਜਸਟਿਸ ਨਾਨਾਵੋਟੀ ਕਮਿਸ਼ਨ ਜੋ ਕਿ 2000 ਸੰ 2000 ਦੇ ਵਿੱਚ ਬਿਠਾਇਆ ਗਿਆ ਤੇ ਰਿਪੋਰਟ ਉਸਨੇ 2005 ਵਿੱਚ ਦਿੱਤੀ तकरीबन 21 ਸਾਲਾਂ ਦੇ ਵਿੱਚ ਟੋਟਲ 10 ਕਮਿਸ਼ਨ ਜਾਂ ਕਮੇਟੀਆਂ 1984 ਦੇ ਸਿੱਖ ਕਤਲੇਆਮ ਦੀ ਕੋਖ ਕਰ ਚੁੱਕੀਆਂ ਨੇ ਅਲੱਗ-ਅਲੱਗ ਜਿਹੜੇ ਪਹਿਲੂ ਹੈਗੇ ਨੇ ਇਹਨਾਂ ਕਤਲੇਆਮ ਦੇ ਇਹਨਾਂ ਦੰਗਿਆਂ ਦੇ ਉਸ ਦੇ ਵਿੱਚ ਪੁਲਿਸ ਦੀ ਕੀ ਭੂਮਿਕਾ ਰਹੀ ਉਸ ਦੇ ਵਿੱਚ ਕਿਹੜੀ ਅਣਗੈਲੀ ਪੁਲਿਸ ਵੱਲੋਂ ਕੀਤੀ ਗਈ ਕਿਹੜੇ ਲੀਡਰਾਂ ਦੀ ਇਨਵੋਲਵਮੈਂਟ ਸੀ ਕਿੰਨਾ ਨੁਕਸਾਨ ਹੋਇਆ ਕਿੰਨੇ ਲੋਕ ਮਾਰੇ ਗਏ ਹਰ ਐਸਪੈਕਟ ਨੂੰ ਅਲੱਗ-ਅਲੱਗ ਕਮੇਟੀ ਨੇ ਡੀਲ ਕੀਤਾ ਜਸਟਿਸ ਰੰਗਨਾਥ ਮਿਸ਼ਰਾ ਦੀ ਕਮੇਟੀ ਤਹਿਤ ਇੱਕ ਕਪੂਰ ਮਿੱਤਲ ਕਮੇਟੀ ਬਣਦੀ ਹੈ ਉਸ ਤੋਂ ਇਲਾਵਾ ਇੱਕ ਜੈਨ ਬੈਨਰਜੀ ਕਮੇਟੀ ਬਣਦੀ ਹੈ ਇੱਕ ਐਸ ਕੇ ਅਹੋਜਾ ਦੀ ਕਮੇਟੀ ਬਣਦੀ ਹੈ ਅਲੱਗ-ਅਲੱਗ ਕਮੇਟੀਆਂ ਦੇ ਅਲੱਗ-ਅਲੱਗ ਕੰਮ ਹੁੰਦੇ ਨੇ ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਹੈ ਅਗਰਵਾਲ ਤੇ ਜੈਨ ਕਮੇਟੀ ਬਣਦੀ ਹੈ ਇੱਕ ਢਿਲੋਂ ਕਮਿਸ਼ਨ ਆਂਦਾ ਹੈ ਤੇ ਇੱਕ ਨਰੂਲਾ ਕਮਿਸ਼ਨ ਜਿਹੜਾ ਹ ਉਹ ਮਦਨ ਨਾਲ ਖੁਰਾਨਾ ਜਾਂ ਬੀਜੇਪੀ ਦੇ ਕਾਰਜਕਾਲ ਦੇ ਵਿੱਚ 1993 ਵਿੱਚ ਬਿਠਾਇਆ ਜਾਂਦਾ ਜਿਸ ਤੋਂ ਬਾਅਦ ਨਾਨਾਵੜੀ ਕਮਿਸ਼ਨ ਨੂੰ 2000 ਵਿੱਚ ਬਿਠਾਇਆ ਗਿਆ ਤੇ 2005 ਦੇ ਵਿੱਚ ਇੱਕ ਕੰਕਲੂਸਿਵ ਤੇ ਕਾਫੀ ਵਿਆਪਕ ਜਿਹੜੀ ਰਿਪੋਰਟ ਸੀ ਜਿਸ ਵਿੱਚ ਕਿ ਕਈ ਜਿਹੜੀ ਗੱਲਾਂ ਬਾਤਾਂ ਨਵੇਂ ਸਿਰੇ ਤੋਂ ਸ਼ੁਰੂ ਕੀਤੀਆਂ ਗਈਆਂ ਜਿਨ੍ਹਾਂ ਤਹਿਤ ਕਿ ਜਗਦੀਸ਼ ਟਾਇਲਰ ਦੇ ਉੱਤੇ ਕਾਰਵਾਈ ਜਾਂ ਫਿਰ ਸੱਜਨ ਕੁਮਾਰ ਦੇ ਖਿਲਾਫ ਜਿਹੜੀ ਕਾਰਵਾਈ ਸੀ ਹਾਲਾਂਕਿ ਉਹ ਸ਼ੁਰੂ ਤਾਂ ਨਰੂਲਾ ਕਮਿਸ਼ਨ ਦੇ ਸਮੇਂ ਤੋਂ ਹੋ ਚੁੱਕੀ ਸੀ ਲੇਕਿਨ ਇਸ ਵਿੱਚ ਇੱਕ ਨਵੀਂ ਰਫਤਾਰ ਮਿਲੀ ਸੋ 10 ਕਮਿਸ਼ਨਾਂ ਨੇ 21 ਸਾਲਾਂ ਤੱਕ ਕਮਿਸ਼ਨਾਂ ਜਾਂ ਕਮੇਟੀਆਂ ਨੇ 21 ਸਾਲਾਂ ਤੱਕ ਮਾਮਲੇ ਦੀ ਕੋਖ ਕੀਤੀ ਤਕਰੀਬਨ 2733 ਦਾ ਅੰਕੜਾ ਹੈ ਜੋ ਕਿ ਸਿੱਖ ਦਿੱਲੀ ਦੇ ਵਿੱਚ ਮਾਰੇ ਗਏ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਤਕਰੀਬਨ ਪੌਣੇ 600 ਸਿੱਖਾਂ ਦੇ ਹੋਰ ਦੇਸ਼ ਦੇ ਹਿੱਸਿਆਂ ਦੇ ਵਿੱਚੋਂ ਮਾਰੇ ਜਾਂਦੀਆਂ ਖਬਰਾਂ ਸਨ ਜਿਨ੍ਹਾਂ ਵਿੱਚ ਪ੍ਰਮੁਖ ਤੌਰ ਤੇ ਕਾਨਪੂਰ ਬੁਕਾਰੋ ਛਸ ਇਸ ਦੇ ਨਾਲ ਹੀ ਹਰਾਨਾ ਦੇ ਵਿੱਚ ਹੋਂਦ ਚਿੱਲੜ ਪਟੌਦੀ ਡਿਸਟ੍ਰਿਕਟ ਰਿਵਾੜੀ ਦੇ ਵਿੱਚ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕੁਝ ਹਮਲਿਆਂ ਦੀਆਂ ਖਬਰਾਂ ਆ ਸਨ ਦੇਸ਼ ਦੇ ਅਲੱਗ-ਅਲੱਗ ਰਾਜਾਂ ਦੇ ਵਿੱਚੋਂ ਜਿਸ ਤਰੀਕੇ ਦੀ ਕਤਲਗਾਰਤ ਹੋਈ ਉਹਨਾਂ ਦੇ ਵਿੱਚੋਂ ਦਿੱਲੀ ਸਭ ਤੋਂ ਉੱਤੇ ਤੇ ਪ੍ਰਮੁੱਖ ਸੀ तकरीबन 3500 ਦਾ ਅੰਕੜਾ ਮੰਦਾ ਹੈ ਲੇਕਿਨ ਨਾਨਾ ਬੱਟੀ ਕਮਿਸ਼ਨ ਇਸ ਨੂੰ 2733 ਤੇ ਲਿਮਟ ਕਰਦੀ ਹੈ ਐਸ ਕੇ ਅਹੂਜਾ ਜੋ ਕਿ ਇੱਕ ਕਮੇਟੀ ਬਣੀ ਸੀ ਜਿਸ ਨੇ ਕਿ ਸਪੈਸਿਫਿਕ ਤੌਰ ਤੇ ਇਸ ਚੀਜ਼ ਦੀ ਹੀ ਪੜਤਾਲ ਕੀਤੀ ਕਿ ਕਿੰਨੇ ਸਿੱਖ ਇਸ ਕਤਲੇਆਮ ਦੇ ਵਿੱਚ ਮਾਰੇ ਗਏ ਉਹਨਾਂ ਦਾ ਅੰਕੜਾ 2722 ਜਿਹੜੇ ਸਿੱਖਾਂ ਦਾ ਸੀ ਜੋ ਕਿ ਇਸ ਹਿੰਸਾ ਦਾ ਸ਼ਿਕਾਰ ਹੋਏ ਜਾਂ ਇਸ ਨਸਲ ਕੁਸ਼ੀ ਦਾ ਸ਼ਿਕਾਰ ਹੋਏ ਸੋ ਇਹ ਤਾਂ ਮੋٹے ਮੋٹے ਅੰਕੜੇ ਨੇ ਲੇਕਿਨ ਕੇਂਦਰੀ ਡਿਸਟ੍ਰਿਕਟ ਯਾਨੀ ਕਿ ਦਿੱਲੀ ਸੈਂਟਰ ਜਿਸ ਦੇ ਵਿੱਚ ਕੀ ਪਟੇਲ ਨਗਰ ਦਾ ਇਲਾਕਾ ਆਂਦਾ ਹੈ ਤੇ ਇਸ ਤੋਂ ਇਲਾਵਾ ਹੋਰ ਕਰੋਲ ਬਾਗ ਆ ਕੁਝ ਹੋਰ ਅਜਿਹੇ ਇਲਾਕੇ ਆਂਦੇ ਨੇ ਉਸ ਦੇ ਵਿੱਚ ਮੈਂ ਦੋ ਸਪੈਸਿਫਿਕ ਇਨਸਟੈਂਸ ਅੱਜ ਦੀ ਇਸ ਪਹਿਲੀ ਰਿਪੋਰਟ ਦੇ ਵਿੱਚ ਤੁਹਾਡੀ ਨਜ਼ਰ ਕਰਾਂਗਾ ਕਿਉਂਕਿ ਜੋ ਜਿਸ ਪੱਧਰ ਦਾ ਕਤਲ ਉਘਾਰਾ ਤੇ ਕਤਲੇਆਮ ਦਿੱਲੀ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਹੋਇਆ ਖਾਸ ਕਰਕੇ ਜਮਨਾਪਾਰ ਜਿਸ ਨੂੰ ਟਰਾਂਸ ਯਮੁਨਾ ਇਲਾਕਾ ਕਿਹਾ ਜਾਂਦਾ ਹੈ ਦਿੱਲੀ ਈਸਟ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਦਿੱਲੀ ਵੈਸਟ ਜਿਸ ਦੇ ਵਿੱਚ ਕੀ ਕਈ ਇਲਾਕੇ ਆ ਜਾਂਦੇ ਨੇ ਮੰਗੋਲਪੁਰੀ ਉਤਾਨਪੁਰੀ ਵਰਗੇ ਇਲਾਕੇ ਆ ਜਾਂਦੇ ਨੇ ਤੇ ਦਿੱਲੀ ਸਾਊਥ ਜਿਸ ਦੇ ਵਿੱਚ ਕੀ ਕੈਂਟ ਦਾ ਮਹਿਰੋਲੀ ਦਾ ਇਲਾਕਾ ਆ ਜਾਂਦਾ ਹੈ ਇਹ ਤਿੰਨ ਇਲਾਕਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਕਤਲਗਾਰਤ ਹੋਈ ਇਨ ਟਰਮਸ ਆਫ ਦਾ ਲਾਸ ਆਫ ਲਾਈਫ ਸਭ ਤੋਂ ਜ਼ਿਆਦਾ ਜਿਹਦੀਆਂ ਮੌਤਾਂ ਹੋਈਆਂ ਉਹ ਦਿੱਲੀ ਈਸਟ ਦੇ ਵਿੱਚ ਹੋਈਆਂ ਤੇ ਦਿੱਲੀ ਵੈਸਟ ਤੇ ਦਿੱਲੀ ਸਾਊਥ ਦੇ ਵਿੱਚ ਹੋਈਆਂ ਦਿੱਲੀ ਨਾਰਥ ਦੇ ਵਿੱਚ ਕੁਝ ਕੇਸਿਸ ਹੋਏ ਪੁਲਬੰਗਸ ਦਾ ਕੇਸ ਉਸ ਵਿੱਚ ਸੀ ਲੇਕਿਨ ਜ਼ਿਆਦਾ ਮੌਤਾਂ ਇਨਾਂ ਇਲਾਕਿਆਂ ਦੇ ਵਿੱਚ ਉਸ ਤਰੀਕੇ ਨਾਲ ਨਹੀਂ ਹੋਈਆਂ ਇਨ ਟਰਮਸ ਕੀ ਦਾ ਜਿਹੜਾ ਨੰਬਰ ਸੀ ਉਹ ਘੱਟ ਸੀ ਲੇਕਿਨ ਦਿੱਲੀ ਸੈਂਟਰਲ ਡਿਸਟ੍ਰਿਕਟ ਯਾਨੀ ਕਿ ਕੇਂਦਰੀ ਡਿਸਟ੍ਰਿਕਟ ਦੀ ਜਿਸ ਘਟਨਾ ਦਾ ਅੱਜ ਮੈਂ ਜ਼ਿਕਰ ਕਰ ਉਹ ਘਟਨਾ ਦਾ ਜ਼ਿਕਰ ਮੈਂ ਖਾਸ ਤੌਰ ਤੇ ਇਸ ਵਾਸਤੇ ਕਰ ਰਿਹਾ ਹਾਂ ਕਿਉਂਕਿ ਇਸ ਘਟਨਾ ਦੇ ਵਿੱਚ ਕਿਸੇ ਆਮ ਗਰੀਬ ਜਾਂ ਕਿਸੇ ਮਜ਼ਲੂਮ ਸਿੱਖ ਨੂੰ ਨਿਸ਼ਾਨਾ ਨਹੀਂ ਸੀ ਬਣਾਇਆ ਗਿਆ ਬਲਕਿ ਇੱਕ ਅਜਿਹੇ ਡੈਕੋਰੇਟਿਡ ਇੰਡੀਅਨ 에ਅਰ ਫੋਰਸ ਦੇ ਅਫਸਰ ਨੂੰ ਨਿਸ਼ਾਨਾ ਬਣਾਇਆ ਸੀ ਤਕਰੀਬਨ 3 ਤੋਂ 4 ਹਜ਼ਾਰ ਦੰਗਾਈਆਂ ਦੇ ਝੁੰਡ ਨੇ ਉਹਨਾਂ ਦੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੇ ਘਰ ਨੂੰ ਅੱਗ ਲਾਤੀ ਸੀ ਉਹਨਾਂ ਦੀ ਦੁਕਾਨਾਂ ਨੂੰ ਅੱਗ ਲਾਤੀ ਗਈ ਸੀ ਲੇਕਿਨ 에ਅਰ ਫੋਰਸ ਦੇ ਇਸ ਬਹਾਦਰ ਅਫਸਰ ਨੇ ਆਖਰੀ ਮੌਕੇ ਤੱਕ ਇਹਨਾਂ ਦੰਗਾਈਆਂ ਦਾ ਮੁਕਾਬਲਾ ਕੀਤਾ ਇੱਕ ਵਾਅਦ ਐਸਾ ਇਨਸੀਡੈਂਟ ਹੈ ਹਾਲਾਂਕਿ ਦਿੱਲੀ ਦੇ ਵਿੱਚ ਹੋਰ ਵੀ ਥਾਵਾਂ ਉੱਤੇ ਅਜਿਹੇ ਲੋਕਸੰਨ ਜਿਨ੍ਹਾਂ ਨੇ ਕੀ ਆਪਣੇ ਉੱਤੇ ਦੰਗਾਈਆਂ ਵੱਲੋਂ ਕੀਤੇ ਗਏ ਹਮਲਿਆਂ ਦਾ ਮੂੰਹ ਤੋੜਵਾ ਜਵਾਬ ਦੇਣ ਦੀ ਕੋਸ਼ਿਸ਼ਾਂ ਕੀਤੀਆਂ ਲੇਕਿਨ ਤਕਰੀਬਨ 4.5 ਤੋਂ 5 ਘੰਟੇ ਜਿਸ ਸ਼ਖਸੀਅਤ ਮੈਂ ਅੱਜ ਗੱਲ ਕਰਨ ਲੱਗਾ ਹਾਂ ਉਸਨੇ ਇਹਨਾਂ ਦੰਗਾਈਆਂ ਦੇ ਝੁੰਡ ਨੂੰ ਆਪਣੇ ਤੇ ਆਪਣੇ ਪਰਿਵਾਰ ਤੋਂ ਦੂਰ ਰੱਖਿਆ ਮੈਂ ਅੱਜ ਗੱਲ ਕਰਨ ਲੱਗਾ ਹਾਂ ਮਹਾਵੀਰ ਚੱਕਰ ਵਿਜੇਤਾ ਇੰਡੀਅਨ 에ਅਰ ਫੋਰਸ ਦੇ ਡੈਕੋਰੇਟਿਡ ਅਫਸਰ ਵਿੰਗ ਕਮਾਂਡਰ ਬਾਅਦ ਦੇ ਵਿੱਚ ਗਰੁੱਪ ਕਮਾਂਡਰ ਬਣੇ ਤੇ ਉਸ ਤੋਂ ਬਾਅਦ 에어 ਆਫੀਸਰ ਕਮਾਂਡਿੰਗ ਬਣੇ 모ਹਨ ਬੀਰ ਸਿੰਘ ਤਲਵਾਰ ਬਾਰੇ 모ਹਨ ਬੀਰ ਸਿੰਘ ਤਲਵਾਰ ਇੱਕ ਵਾਰ ਵੈਟਰਨ ਸਨ 에어 ਫੋਰਸ ਦੇ ਇੱਕ ਬਹੁਤ ਹੀ ਉਮਦਾ ਦਰਜੇ ਦੇ ਪਾਇਲਟ ਸਨ ਇਹਨਾਂ ਨੇ 1965 ਤੇ 1971 ਦੀਆਂ ਜਿਹੜੀਆਂ ਪਾਕਿਸਤਾਨ ਖਿਲਾਫ ਜੰਗਾਂ ਸਨ ਉਹਨਾਂ ਦੇ ਵਿੱਚ ਇਹਨਾਂ ਦੀ ਸਕਵਾਡਨ ਜਿਹੜੀ ਸੀ ਉਸ ਸਕਵਾਡਨ ਵੱਲੋਂ ਜੋ ਕਿ ਆਗਰਾ ਬੇਸਡ ਇੱਕ ਸਕਵਾਡਨ ਸੀ ਉਸ ਵੱਲੋਂ ਇੱਕ ਬਹੁਤ ਹੀ ਲਾ ਮਿਸਾਲ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸੀ ਜੋਹਰ ਵਿਖਾਏ ਗਏ ਸਨ ਤੇ ਭਾਰਤੀ ਵਾਯੂ ਸੈਨਾ ਲਈ ਏਅਰ ਫੋਰਸ ਲਈ ਜਿਸ ਤਰੀਕੇ ਦੇ ਸੌਟੀਆਂ ਤੇ ਹਮਲੇ ਇਹਨਾਂ ਨੇ ਕੀਤੇ ਖਾਸ ਕਰਕੇ 1971 3 ਦਸੰਬਰ ਤੋਂ ਲੈ ਕੇ ਤਕਰੀਬਨ 16 ਦਸੰਬਰ ਤੱਕ ਪਾਕਿਸਤਾਨ वेस्ट ਪਾਕਿਸਤਾਨ ਤੇ ਈਸਟ ਪਾਕਿਸਤਾਨ ਯਾਨਕੀ ਬੰਗਲਾਦੇਸ਼ ਉਸ ਜੰਗ ਦੇ ਵਿੱਚ ਇਹਨਾਂ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਚੰਬ ਤੋਂ ਲੈ ਕੇ ਟਾਕਾ ਤੱਕ ਕਈ ਸੌਟੀਆਂ ਦੇ ਜ਼ਰੀਏ ਪਾਕਿਸਤਾਨੀ ਏਅਰ ਫੋਰਸ ਤੇ ਪਾਕਿਸਤਾਨੀ ਫੌਜਾਂ ਦਾ ਹੌਸਲਾ ਪਸਤ ਕਰਨ ਵਾਲੇ ਇਸ ਡੈਕੋਰੇਟਿਡ ਮਹਾਵੀਰ ਚੱਕਰ ਵਿਜੇਤਾ ਅਫਸਰ ਦੇ ਕਾਰਨੋਂ ਦੰਗਾਈਆਂ ਨੇ 1 ਨਵੰਬਰ 1984 ਨੂੰ ਕੇਰਲਿਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤਰਾਸਦੀ ਸੀ ਕਿਉਂਕਿ ਉਸ ਵਕਤ 31 ਅਕਤੂਬਰ ਦੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਅੱਗ ਲਗਾਤਾਰ ਪੜਕਦੀ ਜਾ ਰਹੀ ਸੀ ਤੇ ਕੁਝ ਹੀ ਘੰਟਿਆਂ ਦੇ ਵਿੱਚ ਜਿਹੜੇ ਆਰਮਡ ਮੌਬਸ ਹਨ ਯਾਨੀ ਕਿ ਉਹ ਦੰਗਾਈਆਂ ਦੇ ਗੁੱਟ ਜਿਨ੍ਹਾਂ ਨੂੰ ਕੀ ਪਾਊਡਰ ਦਿੱਤਾ ਗਿਆ ਸੀ ਮਿੱਟੀ ਦਾ ਤੇਲ ਦਿੱਤਾ ਗਿਆ ਸੀ ਆਇਰਨ ਦੀਆਂ ਰੌਡਾਂ ਹੱਥ ਵਿੱਚ ਫੜਾਤੀਆਂ ਗਈਆਂ ਸਨ ਇੱਕ ਥਾਂ ਤੋਂ ਦਿੱਲੀ ਦੇ ਵਿੱਚ ਦੂਸਰੀ ਥਾਂ ਤੱਕ ਜਾਣ ਲਈ ਉਹਨਾਂ ਨੂੰ ਡੀਟੀਸੀ ਦੀਆਂ ਬਸਾਂ ਵੀ ਉਪਲਬਧ ਕਰਾਈਆਂ ਗਈਆਂ ਇਹ ਸਭ ਚੀਜ਼ਾਂ ਉਸ ਵਕਤ ਹੋਈਆਂ ਜਦੋਂ ਕਿ ਪੁਲਿਸ ਇੱਕ ਤਮਾਸ਼ੀਬੀਨ ਬਣ ਕੇ ਦੇਖਦੀ ਰਹੀ ਉਸੇ ਪੂਰੇ ਹਾਲਾਤਾਂ ਦੇ ਵਿੱਚ ਵੈਸਟ ਪਟੇਲ ਨਗਰ ਦੇ ਐਮ ਵੀ ਸੀ ਵਿੰਗ ਕਮਾਂਡਰ ਮੋਨबीर ਸਿੰਘ ਹੋਣਾ ਦੇ ਕਾਰ ਨੂੰ ਕੇਰ ਲਿਆ ਗਿਆ ਇਹ ਦੱਸਿਆ ਜਾਂਦਾ ਵੀ ਤਕਰੀਬਨ ਦੁਪਹਿਰ 1:30 ਵਜੇ ਦੇ ਆਸ-ਪਾਸ ਇਹ ਜਿਹੜਾ ਕੇਰਾ ਸ਼ੁਰੂ ਹੁੰਦਾ ਤੇ 1:30 ਵਜੇ ਤੇ ਆਸ-ਪਾਸ ਕੇਰਾ ਸ਼ੁਰੂ ਹੋਣ ਤੋਂ ਬਾਅਦ ਕੁਝ ਗਵਾਂਢੀ ਜਿਹੜੇ ਹੁੰਦੇ ਨੇ ਮੋਰਬੀਰ ਸਿੰਘ ਤਲਵਾਰ ਹੋਣਾ ਦੇ ਉਹਨਾਂ ਵੱਲੋਂ ਵਿਚੌਲਗੀ ਕੀਤੀ ਜਾਂਦੀ ਹੈ ਕਿਉਂਕਿ ਜਿਹੜਾ ਗੁੱਟ ਤੇ ਜਿਹੜਾ ਝੁੰਡ ਇਨਾਂ ਦੇ ਖਿਲਾਫ ਕਾਰਵਾਈ ਕਰਨ ਆਇਆ ਹੁੰਦਾ ਉਸ ਵੱਲੋਂ ਇਹਨਾਂ ਦੇ ਘਰ ਨੂੰ ਜਾਂ ਇਹਨਾਂ ਦੇ ਕੁਝ ਸਮਾਨ ਤੇ ਸੰਪਤੀ ਨੂੰ ਅੱਗ ਲਾ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਲੇਕਿਨ ਜਿਹੜੇ ਗਵਾਂਢੀ ਹੁੰਦੇ ਨੇ ਉਹਨਾਂ ਵਿੱਚ ਇੱਕ ਖਾਸ ਗਵਾਂਢੀ ਹੁੰਦਾ ਸੰਜੇ ਕੁਮਾਰ ਸਿੰਘ ਉਹਦਾ ਨਾਮ ਦੱਸਿਆ ਜਾਂਦਾ ਹੈ ਉਸ ਵੱਲੋਂ ਕਾਫੀ ਹੱਦ ਤੱਕ ਲੋਕਾਂ ਨੂੰ ਸਮਝਾਇਆ ਜਾਂਦਾ ਹੈ ਪੀੜ ਨੂੰ ਸਮਝਾ ਕੇ ਉਸ ਨੂੰ ਤੋੜਤਾ ਜਾਂਦਾ ਹੈ ਲੇਕਿਨ ਅੱਧੇ ਪੌਨੇ ਘੰਟੇ ਦੇ ਬਾਅਦ ਪੀੜ ਜਿਹੜੀ ਹੈ ਦੁਬਾਰਾ ਆ ਜਾਂਦੀ ਹੈ ਜਿਸ ਤੋਂ ਬਾਅਦ ਕਿ ਉਹਨਾਂ ਵੱਲੋਂ ਜਿਹੜੇ ਵਿੰਗ ਕਮਾਂਡਰ ਹੁੰਦੇ ਨੇ ਮੋਨ ਬੀਰ ਸਿੰਘ ਤਲਵਾਰ ਇਹਨਾਂ ਦੇ ਘਰ ਦੇ ਹੇਟਲੇ ਫਲੋਰ ਦੇ ਉੱਤੇ ਅੱਗ ਲਾਤੀ ਜਾਂਦੀ ਹੈ। ਇਹਨਾਂ ਦੇ ਸ਼ੁਰੂਆਤੀ ਕੁਝ ਕਮਰਾ ਦੇ ਵਿੱਚ ਅੱਗ ਲਾਉਣ ਤੋਂ ਬਾਅਦ ਇਹਨਾਂ ਦਾ ਪਰਿਵਾਰ ਦੱਸਿਆ ਜਾਂਦਾ ਵੀ ਆਪਣੇ ਪਿਛਲੇ ਬੈਕਯਾਰਡ ਦੇ ਵਿੱਚ ਪਹੁੰਚ ਜਾਂਦਾ ਹੈ, ਵੇੜੇ ਦੇ ਵਿੱਚ ਪਹੁੰਚ ਜਾਂਦਾ ਹੈ। ਵਿੰਗ ਕਮਾਂਡਰ ਮੋਹਨਬੀਰ ਤਲਵਾਰ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਏ ਜਾਂਦੀਆਂ ਦੰਗਾਈਆਂ ਦੀ ਕੋਸ਼ਿਸ਼ ਕੀਤੀ ਹੈ। ਇੱਕ ਵਾਰ ਫਿਰ ਜਿਹੜੇ ਪੜੋਸੀ ਹੁੰਦੇ ਨੇ ਇੰਟਰਵਿਨ ਕਰਦੇ ਨੇ ਹਾਲਾਂਕਿ ਅੱਗ ਜਨੀ ਉਸ ਵਕਤ ਤੱਕ ਸ਼ੁਰੂ ਹੋ ਚੁੱਕੀ ਹੁੰਦੀ ਹੈ। ਲੇਕਿਨ ਇਹਨਾਂ ਗੌਂਡੀਆਂ ਦੀ ਹੁਣ ਗੱਲਬਾਤ ਨਹੀਂ ਸੁਣੀ ਜਾਂਦੀ ਤੇ ਸੰਜੇ ਕੁਮਾਰ ਸਿੰਘ ਉੱਤੇ ਵੀ ਹਮਲਾ ਕਰਤਾ ਜਾਂਦਾ ਜਿਸ ਤੋਂ ਬਾਅਦ ਕੀ ਗੌ ਜਿਹੜੇ ਦੰਗਾਈ ਹੁੰਦੇ ਨੇ ਉਹ ਛਤਾਂ ਤੋਂ ਪੈਟਰੋਲ ਦੇ ਬੰਬ ਜਾਂ ਜਿਹੜੀ ਹੋਰ ਚੀਜ਼ਾਂ ਨੇ ਉਹਨਾਂ ਨੂੰ ਸਿੱਟ ਕੇ ਵਿੰਗ ਕਮਾਂਡਰ ਮੋਨਬੀਰ ਉਹਨਾਂ ਦੇ ਘਰ ਦੇ ਵਿੱਚ ਅੱਗ ਲਗਾਉਂਦੇ ਨੇ ਵਿੰਗ ਕਮਾਂਡਰ ਮੋਨਬੀਰ ਕੋਲ ਇੱਕ ਸ਼ਾਰਟ ਗਨ ਹੁੰਦੀ ਹੈ ਆਪਣੀ ਉਸ ਸ਼ਾਰਟ ਗਨ ਦੇ ਨਾਲ ਵਿੰਗ ਕਮਾਂਡਰ ਮੋਨਬੀਰ ਲਗਾਤਾਰ ਹਵਾ ਦੇ ਵਿੱਚ ਰੁਕ ਰੁਕ ਕੇ ਫਾਇਰਿੰਗ ਕਰਦੇ ਨੇ ਉਹਨਾਂ ਕੋਲ ਇਸ ਬੰਦੂਕ ਦੇ ਹੋਣ ਦਾ ਮਤਲਬ ਇਹ ਹੁੰਦਾ ਵੀ ਉਹਨਾਂ ਦੀ ਉਹਨਾਂ ਦੇ ਪਰਿਵਾਰ ਦੀ ਰਾਖੀ ਕੁਝ ਹੱਦ ਤੱਕ ਦੰਗਾਈਆ ਤੋਂ ਸੰਭਵ ਹੁੰਦੀ ਹੈ ਕਿਉਂਕਿ ਦੰਗਾਈਆਂ ਦੇ ਮਨ ਦੇ ਵਿੱਚ ਇਹ ਡਰ ਹੁੰਦਾ ਵੀ ਅੰਦਰ ਹਥਿਆਰ ਕੁਝ ਜ਼ਿਆਦਾ ਹੋ ਸਕਦਾ ਹੈ ਇਹ ਦੱਸ ਦਈਏ ਵੀ ਜਦੋਂ ਹਾਲਾਤ ਤੇ ਸਟੈਂਡ ਆਫ ਵੱਧ ਜਾਂਦਾ ਹੈ ਉਸ ਵਕਤ ਦੋ ਜਾਂ ਤਿੰਨ ਹੋਰ ਡੀटीसी ਦੀਆਂ ਬਸਾਂ ਪਰ ਕੇ ਦੰਗਾਈਆਂ ਨੂੰ ਉੱਥੇ ਬੁਲਾਇਆ ਜਾਂਦਾ ਹੈ ਤਕਰੀਬਨ ਸ਼ਾਮ ਦੇ 4 ਜਾਂ 5 ਵਜੇ ਬਜਦੇ ਆ ਤਿੰਨ ਤੋਂ ਸਾਢੇ ਤਿੰਨ ਜਾਂ 4000 ਦਾ ਜਿਹੜਾ ਦੰਗਾਈਆਂ ਦਾ ਇੱਕ ਝੁੰਡ ਹੁੰਦਾ ਹੈ ਉਹ ਇਸ ਘਰ ਨੂੰ ਕੇਰ ਚੁੱਕਾ ਹੁੰਦਾ ਹੈ ਇਹਨਾਂ ਦੇ ਬਚਨ ਦੀ ਕੋਈ ਸਥਿਤੀ ਨਹੀਂ ਰਹਿੰਦੀ ਹੁੰਦੀ ਵਿੰਗ ਕਮਾਂਡਰ ਮੋਨबीर ਸਿੰਘ ਲਗਾਤਾਰ ਆਪਣੀ ਸ਼ੌਰਟ ਗਨ ਤੋਂ ਕੁਝ-ਕੁਝ ਦੇਰ ਤੋਂ ਬਾਅਦ ਫਾਇਰ ਕਰ ਰਹੇ ਹੁੰਦੇ ਨੇ ਤੇ ਅਜੇ ਤੱਕ ਉਹਨਾਂ ਦੇ ਪਰਿਵਾਰ ਦੇ ਜੀਹਾਂ ਤੱਕ ਇਹ ਦੰਗਾਈ ਨਹੀਂ ਪਹੁੰਚ ਪਾਏ ਹੁੰਦੇ ਇਸ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਹਾਲਾਂਕਿ ਪੁਲਿਸ ਵਾਲੇ ਉੱਥੇ ਮੌਕੇ ਤੇ ਮੌਜੂਦ ਹੁੰਦੇ ਨੇ ਲੇਕਿਨ ਸ਼ੁਰੂਆਤੀ ਘੰਟਿਆਂ ਦੇ ਵਿੱਚ ਪੁਲਿਸ ਵਾਲਿਆਂ ਨੂੰ ਆਸ ਇਹ ਨਹੀਂ ਹੁੰਦੀ ਵੀ ਵਿੰਗ ਕਮਾਂਡਰ ਮੋਨਬੀਰ ਇਸ ਪੱਧਰ ਦੇ ਐਨੀ ਦੇਰ ਤੱਕ ਰਿਸਿਸਟ ਕਰਨਗੇ ਜਾਂ ਇੱਕ ਮੁਕਾਬਲਾ ਜਿਹੜਾ ਹੈ ਉਹ ਦੰਗਾਈਆਂ ਨੂੰ ਦੇਣਗੇ ਉਸ ਤੋਂ ਬਾਅਦ ਇੱਕ ਵਾਇਰਲੈਸ ਮੈਸੇਜ ਫਲੈਸ਼ ਹੁੰਦਾ ਕਿਉਂਕਿ ਹੁਣ ਮੋਨਬੀਰ ਹੋਣਾ ਵੱਲੋਂ ਜਿਹੜੀਆਂ ਗੋਲੀਆਂ ਚੱਲਣੀਆਂ ਸ਼ੁਰੂ ਹੁੰਦੀਆਂ ਉਹਨਾਂ ਦੇ ਵਿੱਚ ਕੁਝ ਦੰਗਾਈ ਹਿੱਟ ਹੋਣੇ ਸ਼ੁਰੂ ਹੋ ਜਾਂਦੇ ਨੇ ਇਹੀ ਕਾਰਨ ਹੁੰਦਾ ਵੀ ਦੰਗਾਈਆਂ ਦੀ ਹਿੰਮਤ ਨਹੀਂ ਪੈ ਰਹੀ ਹੁੰਦੀ ਸਾਢੇ 3-4 ਹਜ਼ਾਰ ਦੇ ਹਜੂਮ ਨੂੰ ਇੱਕ ਘਰ ਦੇ ਵਿੱਚ ਐਂਟਰ ਕਰਨਾ ਕੋਈ ਲੰਮਾ ਚੌੜਾ ਇਸ਼ੂ ਨਹੀਂ ਹੋਣਾ ਚਾਹੀਦਾ ਸੀ ਲੇਕਿਨ ਜਿਸ ਤਰੀਕੇ ਨਾਲ ਵਿੰਗ ਕਮਾਂਡਰ ਮੋਨਬੀਰ ਆਪਣੀ ਬੁੱਧੀਮਤਾ ਜਾਂ ਆਪਣੀ ਜਿਹੜੀ ਜਿਹੜੀ ਸਮਰੱਥਾ ਹੈਗੀ ਉਹਨਾਂ ਦੀ ਸੋਚਣ ਦੀ ਸ਼ਕਤੀ ਬਤੌਰ ਇੱਕ ਫਾਈਟਰ ਪਾਇਲਟ ਹੋਣ ਦੇ ਨਾਤੇ ਉਸ ਦਾ ਇੱਕ ਪਰਿਚੇਯ ਵੀ ਦੰਦੇ ਨੇ ਤੇ ਇਸ ਪੂਰੇ ਦੀ ਪੂਰੀ ਘਟਨਾ ਦੇ ਵਿੱਚ ਆਪਣੇ ਆਪ ਨੂੰ ਇੱਕ ਬਹੁਤ ਹੀ ਸਟ੍ਰੈਟੈਜਿਕ ਪੋਜੀਸ਼ਨ ਤੇ ਰੱਖ ਕੇ ਦੰਗਾਈਆਂ ਨੂੰ ਆਪਣੇ ਤੋਂ ਦੂਰ ਰੱਖਣ ਵਿੱਚ ਕਾਮਯਾਬ ਹੁੰਦੇ ਨੇ ਸ਼ਾਮ 5 ਵਜੇ ਦੱਸਿਆ ਜਾਂਦਾ ਹੈ ਕਿ ਇੱਕ ਬਾਰਲੈਸ ਮੈਸੇਜ ਫਲੈਸ਼ ਹੁੰਦਾ ਹੈ ਪਟੇਲ ਨਗਰ ਜਿਹੜਾ ਪੁਲਿਸ ਸਟੇਸ਼ਨ ਹੁੰਦਾ ਉਸ ਦੇ ਵਿੱਚ ਦੱਸਿਆ ਜਾਂਦਾ ਵੀ ਗੋਲੀਆਂ ਜਿਹੜੀਆਂ ਹੈਗੀਆਂ ਨੇ ਉਹ ਲਗਾਤਾਰ ਅੰਦਰੋਂ ਚੱਲ ਰਹੀਆਂ ਨੇ ਇਸ ਦੌਰਾਨ ਉੱਥੋਂ ਦੇ ਜਿਹੜੇ ਸਟੇਸ਼ਨ ਹਾਊਸ ਅਫਸਰ ਹੁੰਦਾ ਅਮਰੀਕ ਸਿੰਘ ਪੁੱਲਰ ਨਾਂ ਦਾ ਇੱਕ ਅਧਿਕਾਰੀ ਦੱਸਿਆ ਜਾਂਦਾ ਹੈ ਉਹ ਮੌਕੇ ਤੇ ਪਹੁੰਚ ਚੁੱਕਾ ਹੁੰਦਾ ਇਸ ਤੋਂ ਇਲਾਵਾ ਉੱਥੇ ਤੋਂ ਇੱਕ ਐਡੀਸ਼ਨਲ ਸੀਪੀ ਉੱਥੇ ਪਹੁੰਚ ਚੁੱਕੇ ਹੁੰਦੇ ਨੇ ਥੋੜੀ ਦੇਰ ਬਾਅਦ ਦਿੱਲੀ ਦੇ ਹੀ ਇੱਕ ਐਡੀਸ਼ਨਲ ਸੀਪੀ ਹੋਰ ਜਿਹੜੇ ਅਮੋਦ ਕੰਠ ਹੁੰਦੇ ਨੇ ਉਹ ਵੀ ਮੌਕੇ ਤੇ ਪਹੁੰਚ ਚੁੱਕੇ ਹੁੰਦੇ ਨੇ ਤੇ ਲਗਾਤਾਰ ਇਸ ਚੀਜ਼ ਦੀ ਮੰਗ ਮੋਨਬੀਰ ਹੁਣਾ ਤੋਂ ਕੀਤੀ ਜਾਂਦੀ ਹੈ ਕਿ ਤੁਸੀਂ ਆਪਣਾ ਹਥਿਆਰ ਸਿੱਟ ਕੇ ਬਾਹਰ ਆ ਜਾਓ ਲੇਕਿਨ ਵਿੰਗ ਕਮਾਂਡਰ ਮੋਨਬੀਰ ਆਪਣੀ ਸ਼ਾਰਟ ਗਨ ਨੂੰ ਨਹੀਂ ਸਿੱਟਦੇ ਉਹ ਇਹ ਵੀ ਸਾਫ਼ ਕਰ ਦਿੰਦੇ ਨੇ ਵੀ ਲਗਾਤਾਰ ਉਹਨਾਂ ਵੱਲੋਂ ਪੁਲਿਸ ਨੂੰ ਸੰਪਰਕ ਕਰਨ ਦੀਆਂ ਐਨੀਆਂ ਕੋਸ਼ਿਸ਼ਾਂ ਹੋਈਆਂ ਨੇ ਲੇਕਿਨ ਪੁਲਿਸ ਉਹਨਾਂ ਦੀ ਰਾਖੀ ਲਈ ਅਤੇ ਉਹਨਾਂ ਦੇ ਪਰਿਵਾਰ ਨੂੰ ਬਚਾਉਣ ਲਈ ਬੀਤੇ ਤਕਰੀਬਨ 3 ਜਾਂ 4 ਘੰਟਿਆਂ ਦੇ ਵਿੱਚ ਉਸ ਥਾਂ ਤੇ ਨਾ ਤਾਂ ਪਹੁੰਚ ਪਾਈ ਹੈ ਤੇ ਜੇ ਪਹੁੰਚ ਵੀ ਪਾਈ ਹੈ ਤਾਂ ਉੱਥੇ ਉਹ ਤਮਾਸ਼ਵੀਨ ਬਣ ਕੇ ਖੜੀ ਹੈ ਇਸ ਤੋਂ ਬਾਅਦ ਵਿੰਕ ਕਮਾਂਡਰ ਵੱਲੋਂ ਇਹ ਡਿਮਾਂਡ ਕੀਤੀ ਜਾਂਦੀ ਹੈ ਵੀ ਉਹ ਤਦ ਤੱਕ ਆਪਣਾ ਆਤਮ ਸਮਰਪਣ ਨਹੀਂ ਕਰਨਗੇ ਜਦ ਤੱਕ ਫੌਜ ਨੂੰ ਨਹੀਂ ਬੁਲਾਇਆ ਜਾਂਦਾ ਇਸ ਮੌਕੇ ਤੇ ਉੱਤੇ ਗਲਬਾਤ ਨੂੰ ਜਿਹੜੇ ਐਡੀਸ਼ਨਲ ਸੀਪੀ ਮੋਤਕੰਠ ਹੁੰਦੇ ਨੇ ਕੁਝ ਆਰਮੀ ਦੇ ਅਫਸਰਾਂ ਤੱਕ ਪਹੁੰਚਾਉਂਦੇ ਨੇ ਜਿਸ ਤੋਂ ਬਾਅਦ ਕਿ ਇੱਕ ਆਰਮੀ ਦਾ ਮੇਜਰ ਮੌਕੇ ਤੇ ਆਂਦਾ ਹੈ ਤੇ ਸ਼ਾਮ ਦੇ ਤਕਰੀਬਨ 6:30 ਜਾਂ 7 ਵਜੇ ਦੇ ਆਸ-ਪਾਸ ਆ ਕੇ ਜਿਹੜੇ ਵਿੰਕ ਕਮਾਂਡਰ ਮੋਨਬੀਰ ਹੋਣਾ ਵੱਲੋਂ ਇੱਕ ਸਰੈਂਡਰ ਕੀਤਾ ਜਾਂਦਾ ਤੇ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਸ ਨੂੰ ਸੇਫਲੀ ਪੁਲਿਸ ਦੀ ਕਸਟਡੀ ਵਿੱਚ ਲੈ ਕੇ ਉਹਨਾਂ ਨੂੰ ਉੱਥੋਂ ਕਢਤਾ ਜਾਂਦਾ ਹੈ ਇਸਨਾਲੇ ਜਿਹੜੇ ਦੰਗਾਈ ਹੁੰਦੇ ਨੇ ਉਹਨਾਂ ਨੂੰ ਵੀ ਉਸ ਸਮੇਂ ਤੱਕ ਉੱਥੋਂ ਹਟਾਤਾ ਗਿਆ ਹੁੰਦਾ ਹੈ ਸੋ ਇੱਕ ਬਹੁਤ ਵੱਡਾ ਸਟੈਂਡ ਆਫ ਜਿਹੜਾ ਹੁੰਦਾ ਹੈ ਉਹ ਹੁੰਦਾ ਜਿਸ ਤੋਂ ਬਾਅਦ ਕੀ ਜਿਹੜਾ ਕੇਸ ਹੈ ਕਿਉਂਕਿ ਲਗਾਤਾਰ ਜਿਹੜੀਆਂ ਗੋਲੀਆਂ ਸ਼ਾਰਟ ਗਨ ਤੋਂ ਵਿੰਗ ਕਮਾਂਡਰ ਮੋਨਬੀਰ ਹੋਣਾ ਵੱਲੋਂ ਚਲਾਈਆਂ ਗਈਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੁੰਦੀ ਹੈ ਇਹ ਇੱਕ ਸੈਲਫ ਡਿਫੈਂਸ ਯਾਨੀ ਕਿ ਆਤਮ ਰੱਖਿਆ ਦੇ ਵਿੱਚ ਕੀਤੀ ਗਈ ਕਾਰਵਾਈ ਹੁੰਦੀ ਹੈ ਜੋ ਕਿ ਸੁਭਾਵਿਕ ਹੈ ਆਪਾਂ ਸਾਰੇ ਚੰਗੀ ਤਰ੍ਹਾਂ ਸਮਝਦੇ ਹਾਂ ਵੀ ਇਹ ਤਾਂ 3.5 ਤੋਂ 4000 ਦਾ ਇੱਕ ਹਜੂਮ ਸੀ ਜੇ ਤਿੰਨ ਜਾਂ ਚਾਰ ਲੋਕ ਇਹ ਸਾਡੇ ਘਰ ਦੇ ਬਾਹਰ ਆ ਕੇ ਇਸ ਤਰੀਕੇ ਨਾਲ ਅਗਜ਼ਨੀ ਕਰਨਗੇ ਤਾਂ ਉਸ ਦਾ ਜਵਾਬ ਵੀ ਗੋਲੀਆਂ ਦੇ ਨਾਲ ਹੀ ਦਿੱਤਾ ਜਾਏਗਾ ਲੇਕਿਨ ਇਸ ਦੇ ਬਾਵਜੂਦ ਜਿਹੜਾ ਸੀ ਕੇਸ ਵਿੰਗ ਕਮਾਂਡਰ ਮੋਨਬੀਰ ਤਲਵਾਰ ਦੇ ਖਿਲਾਫ ਦਰਜ ਕਰ ਲਿਆ ਗਿਆ ਸੀ ਪੁਲਿਸ ਵੱਲੋਂ ਜਿਹੜੀ ਸੂਚਨਾ ਸੀ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਪਹਿਲੀ ਸੂਚਨਾ ਸ਼ਾਮ 5 ਵਜੇ ਮਿਲੀ ਜਦੋਂ ਕਿ ਇਹ ਸਮਝ ਵਿੱਚ ਆਇਆ ਵੀ ਵੈਸਟ ਪਟੇਲ ਨਗਰ ਦੀ ਇੱਕ ਕੋਠੀ ਦੇ ਵਿੱਚੋਂ ਜਿਹੜੀ ਲਗਾਤਾਰ ਫਾਇਰਿੰਗ ਹੋ ਰਹੀ ਹੈ ਤੇ ਇੱਕ ਸਿੱਖ ਸ਼ਖਸ ਜਿਹੜਾ ਹੈ ਆਪਣੀ ਬੰਦੂਕ ਤੇ ਨਾਲ ਗੋਲੀਆਂ ਚਲਾ ਰਿਹਾ ਹੈ ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਮੌਤ 5 ਲੋਕਾਂ ਦੀ ਹੋਈ ਸੀ ਤੇ ਉਹ ਵਿੰਗ ਕਮਾਂਡਰ ਮੋਨबीर ਉਹਨਾਂ ਦੀ ਗੋਲੀ ਲੱਗਣ ਨਾਲ ਹੀ ਹੋਈ ਸੀ ਹਾਲਾਂਕਿ ਇਸ ਕੇਸ ਦੇ ਵਿੱਚ ਵਿੰਗ ਕਮਾਂਡਰ ਮੋਨਬੀਰ ਨੂੰ ਕੁਝ ਮਹੀਨੇ ਬਾਅਦ ਛੱਡਤਾ ਗਿਆ ਸੀ ਉਨ੍ਹਾਂ ਦੇ ਖਿਲਾਫ ਜਿਹੜੇ ਕੇਸਿਸ ਸਨ ਉਹਨਾਂ ਨੂੰ ਡ੍ਰੌਪ ਕਰਤਾ ਗਿਆ ਸੀ ਉਹਨਾਂ ਦੀ ਮੌਤ 2 ਸਾਲ ਪਹਿਲਾਂ 2019 ਵਿੱਚ ਹੋਈ ਕਿਉਂਕਿ ਮੋਹਨबीर ਉਹਨਾਂ ਦਾ ਜਿਹੜਾ ਇੱਕ ਗੈਲੈਂਟਰੀ ਸਟੇਟਸ ਸੀ ਜਿਸ ਤਰੀਕੇ ਦੇ ਅਵਾਰਡ ਤੇ ਸਾਈਟੇਸ਼ਨ ਮਹਾਵੀਰ ਚੱਕਰਾ ਦੇ ਉਹਨਾਂ ਨੂੰ ਮਿਲੇ ਹੋਏ ਸਨ ਭਾਰਤੀ ਫੌਜ ਜਾਂ ਇੰਡੀਅਨ 에ਅਰ ਫੋਰਸ ਦੇ ਵਿੱਚ ਇਸ ਗੱਲਬਾਤ ਨੂੰ ਲੈ ਕੇ ਬਹੁਤ ਵੱਡਾ ਗੱਥੀ ਰੋਲ ਸੀ ਕਿਉਂਕਿ ਸਾਰੇ ਮੰਨਦੇ ਸੀ 1984 ਦੇ ਵੀ ਜੋ ਕਤਲਗਾਰਥ ਹੋਈ ਕੁਝ ਸੈਂਕੜਾ ਜਾਂ ਹਜ਼ਾਰਾਂ ਸੜਕ ਛਾਪ ਜਿਹੜੇ ਦੰਗਾਈ ਸਨ ਕੁਝ छुटਪਈਏ ਨੇਤਾਵਾ ਜਾਂ ਫਿਰ ਕਹ ਲੀਏ ਵੀ ਕਾਂਗਰਸ ਦੇ ਕੁਝ ਮੈਂਬਰ ਪਾਰਲੀਮੈਂਟ ਪਦਰ ਦੇ ਐਸੇ ਚਾਟੂਕਾਰ ਜਾਂ ਚਾਪਲੂਸ ਨੇਤਾਵਾ ਜੋ ਕਿ ਆਪਣੇ ਲੀਡਰਾਂ ਨੂੰ ਖੁਸ਼ ਕਰਨਾ ਚਾਹੁੰਦੇ ਸਨ ਉਹਨਾਂ ਦੇ ਕਹੇ ਦੇ ਵਿੱਚ ਆ ਕੇ ਇਸ ਤਰੀਕੇ ਦੇ ਡੈਕੋਰੇਟਿਡ ਅਫਸਰਾਂ ਤੇ ਕਈ ਆਮ ਸਿੱਖਾਂ ਨੂੰ ਸਰੀਆਮ ਦਿੱਲੀ ਦੀਆਂ ਸੜਕਾਂ ਤੇ ਦਿੱਲੀ ਦੀਆਂ ਸੜਕਾਂ ਤੇ ਨਹੀਂ ਬਲਕਿ ਉਹਨਾਂ ਦੇ ਘਰਾਂ ਵਿੱਚ ਵੱਲ ਕੇ ਮਾਰਨਾ ਚਾਹੁੰਦੇ ਸਨ ਸਾੜਨਾ ਚਾਹੁੰਦੇ ਸਨ ਲੇਕਿਨ ਜੇ ਵਿੰਗ ਕਮਾਂਡਰ ਮੋਨਬੀਰ ਹੋਣਾ ਨੇ ਆਪਣੀ ਬਹਾਦਰੀ ਦਾ ਸਬੂਤ ਦੰਦਿਆਂ ਹੋਇਆ ਇਹਨਾਂ ਦੰਗਾਈਆਂ ਨੂੰ ਐਨੇ ਘੰਟੇ ਤੱਕ ਰੋਕਿਆ ਤਾਂ ਉਸ ਦੇ ਵਿੱਚ ਉਹਨਾਂ ਦਾ ਕੋਈ ਵੀ ਕਸੂਰ ਨਹੀਂ ਇਸ ਚੀਜ਼ ਨੂੰ ਸਮਝਦਿਆਂ ਹੋਇਆ ਕੁਝ ਮਹੀਨਿਆਂ ਬਾਅਦ ਇਸ ਕੇਸ ਨੂੰ ਖਤਮ ਕਰਤਾ ਗਿਆ ਡਾਈਲੂਟ ਕਰਤਾ ਗਿਆ ਸੋ ਵਿੰਗ ਕਮਾਂਡਰ ਮੂਨਬੀਰ ਹੋਣਾ ਦਾ ਇਹ ਜਿਹੜਾ ਕੇਸ ਵੈਸ ਪਟੇਲ ਨਗਰ ਦਾ ਹੈ ਆਪਣੇ ਆਪ ਦੇ ਵਿੱਚ 1984 ਦੇ ਸਿੱਖ ਕਤਲੇਆਮ ਦੀ ਉਸ ਬਹੁਤ ਹੀ ਦਰਦ پری داستان ਦੇ ਵਿੱਚ ਇੱਕ ਐਸਾ ਬ੍ਰਾਈਟ ਸਪੌਟ ਹੈ ਜਿੱਥੇ ਕੀ ਨਜ਼ਰ ਆਂਦਾ ਹੈ ਤੇ ਅਜਿਹੇ ਹੋਰ ਵੀ ਬਹੁਤ ਇਨਸਟੈਂਸਸ ਜਾਂ ਮਿਸਾਲਾਂ ਸਨ ਜਿਸ ਦੇ ਵਿੱਚ ਕੀ ਬਾਕਾਇਦਾ ਹਮਲਾ ਕਰਨ ਵਾਲਿਆਂ ਦੇ ਖਿਲਾਫ ਡਟ ਕੇ ਜਿਹੜੇ ਲੋਕ ਸਨ ਉਹ ਲੋਕਾਂ ਜੋ ਕਿ ਆਪਣੇ ਪਰਿਵਾਰਾਂ ਨੂੰ ਬਚਾਉਣਾ ਚਾਹੁੰਦੇ ਸਨ ਉਹਨਾਂ ਦੀ ਧੀ ਪੈਣਾ ਦੀ ਇੱਜ਼ਤ ਬਚਾਉਣ ਦੀਆਂ ਉਹਨਾਂ ਦੀਆਂ ਜਾਨਾਂ ਬਚਾਉਣ ਉਹਨਾਂ ਦੇ ਗੁਰੂਤਾਮ ਬਚਾਉਣ ਦੇ ਲਈ ਉਹਨਾਂ ਨੇ ਲਗਾਤਾਰ ਉਹ ਫਾਈਟ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਹਰ ਕੋਈ ਵਿੰਗ ਕਮਾਂਡਰ ਮੋਹਨਬੀਰ ਸਿੰਘ ਉਹਨਾਂ ਦੀ ਜਾਂ ਉਹਨਾਂ ਦੇ ਪਰਿਵਾਰ ਦੀ ਤਰ੍ਹਾਂ ਕਿਸਮਤ ਵਾਲਾ ਨਹੀਂ ਸੀ ਜਾਂ ਫਿਰ ਉਨੀ ਦੇਰ ਡਟ ਕੇ ਉਹ ਮੁਕਾਬਲਾ ਨਹੀਂ ਕਰ ਸਕਿਆ ਦੇ ਪਾਇਆ ਕਈ ਥਾਵਾਂ ਤੇ ਤਾਂ ਐਸੀ ਧੋਖੇਬਾਜ਼ੀ ਹੋਈ ਪੁਲਿਸ ਨੇ ਜਿਹੜੇ ਹਥਿਆਰ ਸਨ ਉਹ ਲੋਕ ਜੋ ਕਿ ਆਪਣੀ ਕਲੋਨੀਆ ਦੇ ਵਿੱਚ ਘਰਾਂ ਦੇ ਵਿੱਚ ਥੋੜੇ ਬਹੁਤ ਹਥਿਆਰ ਵੀ ਲੈ ਕੇ ਬੈਠੇ ਸਨ ਪੁਲਿਸ ਵਾਲਿਆਂ ਨੇ ਉਹਨਾਂ ਤੋਂ ਹਥਿਆਰ ਤੱਕ ਲੈ ਲਏ ਇਹ ਭਰੋਸਾ ਦਵਾ ਕੇ ਵੀ ਹੁਣ ਇਹਨਾਂ ਪੂਰੇ ਦੰਗਾਈਆਂ ਨੂੰ ਪੁਲਿਸ ਦੇਖੇਗੀ ਤਰਲੋਕਪੁਰੀ ਤੇ ਜਿਹੜੇ ਜਿਹੜੇ ਸੁਲਤਾਨਪੁਰੀ ਦੇ ਘਟਨਾਵਾਂ ਨੇ ਉਹ ਕਾਫੀ ਹੱਦ ਤੱਕ ਦਰਸਾਉਂਦੇ ਨੇ ਵੀ ਕਿਸ ਤਰੀਕੇ ਨਾਲ ਪੁਲਿਸ ਨੇ ਪਹਿਲਾਂ ਬਹੁਤ ਸੇ ਲੋਕ ਜੋ ਕਿ ਨਿਸ਼ਾਨੇ ਦੇ ਹੇਠ ਆ ਚੁੱਕੇ ਸਨ ਦੰਗਾਈਆਂ ਦੇ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਕਿਰਪਾਨਾਂ ਉਹਨਾਂ ਦੇ ਡੰਡੇ ਵਗੈਰਾ ਲੈ ਲਏ ਇਹ ਭਰੋਸਾ ਦਵਾ ਕੇ ਵੀ ਪੁਲਿਸ ਉਹਨਾਂ ਦੀ ਹਿਫਾਜ਼ਤ ਕਰੇਗੀ ਲੇਕਿਨ ਉਸ ਤੋਂ ਬਾਅਦ ਨੇ ਹੱਥੇ ਕਰਕੇ ਉਹਨਾਂ ਨੂੰ ਪੁਲਿਸ ਉਥੋਂ ਤੁਰਦੀ ਬਣੀ ਅਗਲੀਆਂ ਰਿਪੋਰਟਾਂ ਦੇ ਵਿੱਚ ਉਸ ਦੀ ਚਰਚਾ ਕਰਾਂਗੇ ਕਿਉਂਕਿ ਵੱਡੇ ਨੇਤਾਵਾਂ ਦੇ ਵੀ ਨਾਮ ਆਣਗੇ ਲੇਕਿਨ ਇਸ ਦੇ ਨਾਲ ਹੀ ਇਹ ਜਿਹੜਾ ਇਲਾਕਾ ਸੀ ਦਿੱਲੀ ਸੈਂਟਰਲ ਡਿਸਟ੍ਰਿਕਟ ਦਾ ਇਸ ਦੀ ਇੱਕ ਹੋਰ ਘਟਨਾ ਵੀ ਤੁਹਾਡੀ ਨਜ਼ਰ ਕਰ ਦਿੰਦਾ ਕਿਉਂਕਿ ਇਸ ਤੋਂ ਥੋੜੀ ਹੀ ਦੂਰ ਇੱਕ ਹੋਰ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਤੇ ਉਸ ਕੇਸ ਦੇ ਵਿੱਚ ਇੱਕ ਬਹੁਤ ਹੀ ਚੰਗਾ ਪਰਿਵਾਰ ਐਨਐਸ ਬਸੰਤ ਦੱਸੇ ਜਾਂਦੇ ਹੈਗੇ ਨੇ ਜੋ ਕਿ ਪੰਜਾਬ ਰਾਜ ਬਿਜਲੀ ਬੋਰਡ ਦੇ ਚੇਅਰਮੈਨ ਰਏ ਸਨ ਹੈਡ ਰੇਸਨ ਮੋਹਨ ਦੇ ਪਰਿਵਾਰ ਦੇ ਨਾਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸੀ ਐਨਐਸ ਬਸੰਤ ਉਹਨਾਂ ਦੀ ਜਿਹੜੀ ਪਤਨੀ ਸੀ ਉਹਨਾਂ ਵੱਲੋਂ ਮਦਨ ਲਾਲ ਖੁਰਾਨਾ ਜੋ ਕਿ ਭਾਜਪਾ ਦੇ ਉਸ ਵਕਤ ਦੇ ਲੀਡਰ ਸਨ ਉਹਨਾਂ ਨੂੰ ਇੱਕ ਦਿਨ ਫੋਨ ਕੀਤਾ ਜਾਂਦਾ ਹੈ 1 ਨਵੰਬਰ ਦੀ ਇਹ ਘਟਨਾ ਦੱਸੀ ਜਾਂਦੀ ਹੈ ਤੇ ਦੱਸਿਆ ਜਾਂਦਾ ਵੀ ਉਹਨਾਂ ਦੇ ਜਿਹੜੇ ਜਵਾਈ ਹੈਗੇ ਨੇ ਕਰਤਾਰ ਸਿੰਘ ਵੀਰਦੀ ਉਹਨਾਂ ਨੂੰ ਡੰਗਾਈਆਂ ਨੇ ਘਰ ਵਿੱਚ ਵੜ ਕੇ ਜਿਉਂਦਿਆਂ ਜੀ ਸਾੜ ਦਿੱਤਾ ਹੈ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੁੰਦੀ ਹੈ ਜਿਸ ਤੋਂ ਬਾਅਦ ਕਿ ਮਦਨ ਲਾਲ ਖੁਰਾਨਾ ਜਿਹੜੇ ਏਸੀਪੀ ਹੁੰਦੇ ਨੇ ਇਸੀ ਵੈਸਟ ਪਟੇਲ ਨਗਰ ਦੇ ਉਹਨਾਂ ਨੂੰ ਮਿਲਦੇ ਹੈਗੇ ਨੇ ਜਾ ਕੇ ਉਹਨਾਂ ਤੋਂ ਗੁਹਾਰ ਕਰਦੇ ਨੇ ਵੀ ਮੰਗ ਕਿੰਨੀ ਖੁੰਦੀ ਹੈ ਐਨਐਸ ਬਸੰਤ ਦੀ ਜਿਹੜੀ ਪਤਨੀ ਹੁੰਦੇ ਨੇ ਉਹਨਾਂ ਵੱਲੋਂ ਮੰਗ ਸਿਰਫ ਇੰਨੀ ਕੀਤੀ ਗਈ ਹੁੰਦੀ ਹੈ ਵੀ ਉਹਨਾਂ ਦੇ ਜਵਾਈ ਕਰਤਾਰ ਸਿੰਘ ਵਿਰਦੀ ਜਿਨ੍ਹਾਂ ਨੂੰ ਕਿ ਸਾੜਤਾ ਗਿਆ ਹੈ ਉਹਨਾਂ ਦੀ ਜਿਹੜੀ ਲਾਸ਼ ਹੈ ਉਸ ਨੂੰ ਪੁਲਿਸ ਅੰਤਿਮ ਜਿਹੜੇ ਸੰਸਕਾਰ ਲਈ ਪਰਿਵਾਰ ਨੂੰ ਉਸ ਦੀ ਇਜਾਜ਼ਤ ਦੇ ਕਿਉਂਕਿ ਪੁਲਿਸ ਵੱਲੋਂ ਨਹੀਂ ਦਿੱਤੀ ਜਾਂਦੀ ਤੇ ਅੰਤਿਮ ਸੰਸਕਾਰ ਲਈ ਪੁਲਿਸ ਇੰਨੀ ਕਰਿਆਦ ਦਿੰਦੀ ਹੈ ਵੀ ਐਨਐਸ ਬਸੰਤ ਦੇ ਪਰਿਵਾਰ ਨੂੰ ਇਹਨਾਂ ਦੱਸਤਾ ਜਾਂਦਾ ਹੈ ਵੀ ਇਸ ਥਾਂ ਤੇ 8:00 ਵਜੇ ਤੁਹਾਡੇ ਜਿਹੜੇ ਜੀ ਹੈਗੇ ਜਾਂ ਕਰਤਾਰ ਸਿੰਘ ਵਿਰਦੀ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਤੁਸੀਂ ਉੱਥੇ ਆ ਸਕਦੇ ਹੋ ਤੇ ਉਸ ਤੋਂ ਬਾਅਦ ਉੱਥੇ ਪਹੁੰਚਦੇ ਨੇ ਤੇ ਅੰਤਿਮ ਸੰਸਕਾਰ ਹੁੰਦਾ ਸੋ ਇਹ ਜੀਆਂ ਬਹੁਤ ਸਿਆ ਘਟਨਾਵਾਂ ਸਨ ਇਹ ਮੈਂ ਦਿੱਲੀ ਦੇ ਉਹ ਇਲਾਕਿਆਂ ਦੀ ਗੱਲ ਕਰ ਰਿਹਾ ਜਿੱਥੇ ਕਿ ਲੋਕ ਥੋੜੇ ਜੇ ਵੈਲੌਪ ਸਨ ਜਿੱਥੇ ਕਿ ਲੋਕ ਮਜ਼ਬੂਤ ਸਨ ਲੂਟੈਨਸ ਦਿੱਲੀ ਜਿਸ ਨੂੰ ਕਹਿੰਦੇ ਨੇ ਜਾਂ ਉਸ ਦੇ ਆਸ-ਪਾਸ ਦੇ ਇਲਾਕੇ ਜਿੱਥੇ ਕਿ ਉਹ ਲੋਕ ਵਸਦੇ ਸਨ ਜਿਨ੍ਹਾਂ ਦੇ ਚੰਗੇ ਰਸੂਕ ਸੀ ਸਮਾਜ ਦੇ ਵਿੱਚ ਚੰਗੇ ਅਹੁਦਿਆਂ ਤੇ ਉਹ ਬੈਠੇ ਸੀ ਲੇਕਿਨ ਇੱਥੇ ਵਿੰਗ ਕਮਾਂਡਰ ਮੋਨਬੀਰ ਤਲਵਾਰ ਹੋਣਾ ਦੀ ਤਾਦ ਦੇ ਨਹੀਂ ਬਣਦੀ ਹੈ ਉਹਨਾਂ ਨੇ ਇੱਕ ਸਲੂਟ ਬੰਦਾ ਹੈ ਉਹਨਾਂ ਨੇ ਖੁਦ ਤੇ ਆਪਣੇ ਪਰਿਵਾਰ ਦੀ ਰੱਖਿਆ ਲਈ ਹਜ਼ਾਰਾਂ ਦੇ ਇਸ ਦੰਗਾਈਆਂ ਦੇ ਹਜੂਮ ਨੂੰ ਕਈ ਘੰਟੇ ਤੱਕ ਰੋਕ ਕੇ ਰੱਖਿਆ ਇਹ ਬਹੁਤ ਕਾਟਾ ਜੀ ਹੈ ਮਿਸਾਲਾ ਮਿਲਣ ਗਿਆ ਅੱਜ ਬੇਸ਼ੱਕ ਵਿੰਗ ਕਮਾਂਡਰ ਮੋਨ ਬੇਸਿੰਗ ਤਲਵਾੜੀ ਇਸ ਦੁਨੀਆ ਵਿੱਚ ਨਹੀਂ ਹੈਗੇ ਨੇ ਤੇ ਬਹੁਤ ਹੀ ਘੱਟ ਮੌਕੇ ਰਹੇ ਨੇ ਜਦੋਂ ਕਿ ਇਸ ਘਟਨਾ ਦੇ ਬਾਰੇ ਚਰਚਾ ਦੇਖਣ ਸੁਣਨ ਨੂੰ ਮਿਲੀ ਹੈ ਲੇਕਿਨ ਮੈਂ ਜਿਹੜਾ ਤੁਹਾਨੂੰ ਪੂਰਾ ਦਾ ਪੂਰਾ ਵਾਕਿਆ ਸੁਣਾਇਆ ਹੈ ਇਹ ਜਸਟਿਸ ਐਂਟੀ ਨਾਨਾਵਟੀ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਕਈ ਪੰਨਿਆਂ ਦੇ ਵਿੱਚ ਦਰਜ ਹੈ ਇਸ ਨੂੰ ਬਹੁਤ ਹੀ ਵਿਸਤਾਰ ਦੇ ਨਾਲ ਉਨਾ ਪੁਲਿਸ ਅਫਸਰਾਂ ਦੀ ਗਵਾਹੀਆਂ ਅਤੇ ਉਹਨਾਂ ਸਾਰੇ ਪ੍ਰਤੱਖਦਰਸ਼ੀਆਂ ਤੇ ਉਸ ਵਕਤ ਜਿਹੜਾ ਵੀ ਵਾਇਰਲੈਸ ਦਾ ਰਿਕਾਰਡ ਅਵੇਲੇਬਲ ਸੀ ਉਸ ਦੇ ਬੇਸ ਉੱਤੇ ਦਰਜ ਕੀਤਾ ਗਿਆ ਸੋ ਕਾਫੀ ਪੁਖਤਾ ਜਿਹੜੀ ਜਾਣਕਾਰੀ ਹੈ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਅ ਸੋ ਆਸ ਕਰਾਂਗੇ ਅੱਜ ਦੀ ਇਸ ਰਿਪੋਰਟ ਦੇ ਵਿੱਚ ਇੱਕ ਨਵਾਂ ਮੈਂ ਪਹਿਲੂ ਛੂਣ ਦੇ ਵਿੱਚ ਕਾਮਯਾਬ ਹੋયા ਹਾਂ ਲੇਕਿਨ ਅਗਲੀ ਰਿਪੋਰਟ ਦੇ ਵਿੱਚ ਮੈਂ ਕੁਝ ਹੋਰ ਐਸਪੈਕਟ ਜਿਹੜੇ 1984 ਦੇ ਸਿੱਖ ਤਲੇਮ ਦੇ ਹੈਗੇ ਨੇ ਉਸ ਨੂੰ ਤੁਹਾਡੇ ਸਾਹਮਣੇ ਉਜਾਗਰ ਕਰਾਂਗਾ ਜਿਸ ਵਿੱਚ ਕਿ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਦਿੱਲੀ ਦੇ ਉਸ ਇਲਾਕੇ ਦੀ ਗੱਲ ਤੱਕ ਕਰਨੀ ਹੀ ਹੈ ਆਪਾਂ ਜਿਸ ਤਹਤ ਕੀ ਆਂ ਟ੍ਰਾਂਸ ਯਮੁਨਾ ਇਲਾਕੇ ਦੇ ਵਿੱਚ ਜਾਂ ਫਿਰ ਪੱਛਮੀ ਦਿੱਲੀ ਦੇ ਵਿੱਚ ਜਾਂ ਕੈਂਟ ਜਾਂ ਸਾਊਥ ਦਿੱਲੀ ਦੇ ਵਿੱਚ ਜਿਨੇ ਦੰਗੇ ਹੋਏ ਕਿ ਕਿਹੜੇ ਕਿਹੜੇ ਲੋਕਾਂ ਨੇ ਦੰਗੇ ਕਰਾਇਆ ਸੱਜਨ ਕੁਮਾਰ ਦਾ ਕੇਸ ਸੀ ਲੇਕਿਨ ਆਂ ਵਾਲੀ ਰਿਪੋਰਟਾਂ ਦੇ ਵਿੱਚ ਮੈਂ ਗੱਲ ਉਹਨਾਂ ਲੋਕਾਂ ਦੀ ਵੀ ਜ਼ਰੂਰ ਕਰਾਂਗਾ ਜੋ ਕਿ ਦਿੱਲੀ ਦੇ ਬਹੁਤ ਹੀ ਵੈਲ ਐਸਟੈਬਲਿਸ਼ਡ ਪਰਿਵਾਰਾਂ ਦੇ ਵਿੱਚੋਂ ਸਨ ਉਹ ਸਿੱਖ ਜੋ ਕਿ ਐਸਟੈਬਲਿਸ਼ ਸਨ ਤਨਾੜ ਸਨ ਰਿਸੋਰਸਫੁਲ ਸਨ ਬੁੱਧੀਜੀਵੀ ਸਨ ਜਿਨ੍ਹਾਂ ਦਾ ਪੂਰਾ ਦਾ ਪੂਰਾ ਐਕਸੈਸ ਸਰਕਾਰਾਂ ਤੱਕ ਸੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸੀ ਗਿਆਨੀ ਜ਼ੈਲ ਸਿੰਘ ਨੇ ਕੀ ਕੀਤਾ ਕਿਉਂ ਕੁਝ ਕਰ पाए या ਨਹੀਂ ਕਰ पाए ਪੀਵੀ ਨਰਸੀ ਮਹਰਾਉ ਦੇ ਕੀ ਭੂਮਿਕਾ ਰਹੀ ਤੇ ਉਹ ਲੋਕ ਜੋ ਕਿ 에어 ਮਾਰਸ਼ਲ ਰਿਟਾਇਰਡ ਅਰਜਨ ਸਿੰਘ ਤੋਂ ਲੈ ਕੇ ਜਨਰਲ ਜਿਹੜੇ ਜੇਐਸ ਅਰੋੜਾ ਤੱਕ ਸਨ ਉਸ ਵਕਤ ਦਿੱਲੀ ਦੇ ਵਿੱਚ ਸਨ ਉਹਨਾਂ ਵੱਲੋਂ ਕੀ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਉਹਨਾਂ ਕੋਸ਼ਿਸ਼ਾਂ ਦੇ ਵਿੱਚ ਉਹ ਕਿਉਂ ਕਾਮਯਾਬ ਨਹੀਂ ਹੋ पाए ਇਸਆਂ ਗੱਲਾਂ ਮੈਂ ਅਗਲੀ ਰਿਪੋਰਟ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗਾ ਜਿਸ ਵਿੱਚ ਕੀ ਗੱਲ ਸਿੱਧੇ ਤਰੀਕੇ ਨਾਲ ਇੱਕ ਵਾਰ ਫੇਰ ਮੈਂ ਕਰਾਂਗਾ ਨਿਊ ਦਿੱਲੀ ਡਿਸਟ੍ਰਿਕਟ ਦੀ ਜਿਸ ਤਹਿਤ ਕੀ ਗੁਰਦੁਆਰਾ ਰਕਾਬਗੰਜ ਸਾਹਿਬ ਤੇ ਹਮਲਾ ਅਤੇ ਇਸ ਦੇ ਨਾਲ ਹੀ ਰਾਮ ਵਿਲਾਸ ਪਾਸਵਾਨ ਦੀ ਉਸ ਅਲਟਰਾ ਵੀ ਵੀ ਆਈ ਪੀ ਇਲਾਕੇ ਦੇ ਵਿੱਚ ਹੋਈ ਵਾਰਦਾਤ ਦੀ ਗੱਲ ਤੁਹਾਨੂੰ ਦੱਸਾਂਗਾ ਜੋ ਕਿ ਲੂ ਕੰਡੇ ਖੜੇ ਕਰ ਦੇਣ ਵਾਲੀ ਹੈ ਸੋ ਅਗਲੀ ਵੀ ਰਿਪੋਰਟ ਦਾ ਇੰਤਜ਼ਾਰ ਕਰੋ ਉਸ ਤੋਂ ਬਾਅਦ ਆਪਾਂ ਸੱਜਨ ਕੁਮਾਰ ਤੇ ਦਿੱਲੀ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਹੋਏ ਹੋਰ ਕਤਲੇਆਮ ਦੇ ਕੇਸਾਂ ਦੀ ਗੱਲ ਕਰਾਂਗੇ ਤੇ ਉਹਨਾਂ ਤੋਂ ਸੰਬੰਧੀ ਜਿਹੜਾ ਨਿਆ ਤੇ ਅਦਾਲਤਾਂ ਵਿੱਚ ਜਿਹੜੀ ਪੈਰਵੀ ਹੋਈ ਜਾਂ ਕੇਸ ਚੱਲੇ ਕਿਸ ਤਰੀਕੇ ਨਾਲ ਉਹ ਕੇਸ ਟਕੇਗੇ ਉਹਨਾਂ ਦੇ ਵਿੱਚ ਸਬੂਤਾਂ ਤੇ ਗਵਾਹਾਂ ਨੂੰ ਖੁਰਦਪੁਰਦ ਕੀਤਾ ਗਿਆ ਜਾਂ ਫਿਰ ਉਹ ਕੇਸ ਦੁਬਾਰਾ ਖੁੱਲ੍ਹੇ ਤੇ ਸਲਾਖਾਂ ਦੇ ਵਿੱਚੇ ਸੱਜਨ ਕੁਮਾਰ ਵਰਗੇ ਲੀਡਰ ਪਹੁੰਚੇ ਇਹ ਸਾਰੀ ਚੀਜ਼ਾਂ ਨੂੰ ਵਿਸਤਾਰ ਦੇ ਨਾਲ ਅਗਲੀਆਂ ਕੁਝ ਰਿਪੋਰਟਸ ਦੇ ਵਿੱਚ ਮੈਂ ਜ਼ਰੂਰ ਲਾਂਗਾ ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ ਰਿਤੇਸ਼ ਲਖਿਆਨ ਪਲਾਂਟਾ ਜੁਡੇ ਰਹੋ